ਟੀਵੀ ਯੂਐਸਏ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਇਸ ਵੇਲੇ ਦੀ ਵੱਡੀ ਖਬਰ ਦੇ ਨਾਲ ਰੂਬਰੂ ਕਰਾ ਰਹੇ ਹਾਂ। ਹੁਸ਼ਿਆਰਪੁਰ ਵਿੱਚ 8 ਸਾਲਾਂ ਬੱਚਾ ਦਿਨ ਦਿਹਾੜੇ ਅਗਵਾ। ਪੰਜਾਬ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਤਲਵਾੜਾ ਖੇਤਰ ਦੇ ਬਹਿਵੋਵਾਲ ਸ਼ਨੀਆ ਪਿੰਡ ਵਿੱਚ ਕੁਝ ਨੌਜਵਾਨ 8 ਸਾਲਾਂ ਦੇ ਮੁੰਡੇ ਨੂੰ ਉਸਦੇ ਘਰ ਤੋਂ ਚੁੱਕ ਕੇ ਫਰਾਰ ਹੋ ਗਏ। ਦੋ ਅਗਵਾਕਾਰਾਂ ਨੇ ਪਹਿਲਾਂ ਘਰ ਦਾ ਗੇਟ ਖਲਵਾਇਆ ਅਤੇ ਫਿਰ ਬੱਚੇ ਨੂੰ ਚੁੱਕ ਕੇ ਲੈ ਗਏ। ਦਿਨ ਦਿਹਾੜੇ ਵਾਪਰੀ ਬੱਚੇ ਦੀ ਅਗਵਾ ਦੀ ਘਟਨਾ ਕਾਰਨ ਇਲਾਕੇ ਵਿੱਚ ਡਰ ਦਾ ਮਾਹੌਲ ਦੇਖਿਆ ਜਾ ਰਿਹਾ। ਅਗਵਾ ਕੀਤੇ ਗਏ ਬੱਚੇ ਦੀ ਪਛਾਣ ਵਲਨੂਰ ਸਿੰਘ ਦੇ ਰੂਪ ਵਿੱਚ ਹੋਈ ਹੈ। ਉਹ ਬਹਿਵੋਵਾਲ ਪਿੰਡ ਵਿੱਚ ਰਹਿਣ ਵਾਲਾ ਅੰਮ੍ਰਿਤਪਾਲ ਸਿੰਘ ਦਾ ਬੇਟਾ ਹੈ। ਅਗਵਾ ਦੀ ਪੂਰੀ ਵਾਰਦਾਤ ਘਰ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਉੱਧਰ ਬੱਚੇ ਦੇ ਅਗਵਾ ਦੀ ਸੂਚਨਾ ਮਿਲਦੇ ਹੀ ਦਸੂਹਾ ਦੇ DSP ਰਣਜੀਤ ਸਿੰਘ, ਵਿਦੇਸ਼ਾ ਅਤੇ ਦਸੂਹਾ ਥਾਣੇ ਦੇ SHO ਗੁਰਪ੍ਰੀਤ ਸਿੰਘ ਆਪਣੀ ਟੀਮ ਦੇ ਨਾਲ ਪਿੰਡ ਪਹੁੰਚ ਗਏ ਹਨ। ਪੁਲਿਸ ਨੇ ਮੌਕੇ ਦਾ ਜਾਇਜ਼ਾ ਲੈਣ ਤੋਂ ਬਾਅਦ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ। ਮੁੱਢਲੀ ਜਾਂਚ ਤੋਂ ਬਾਅਦ DSP ਨੇ ਤਲਵਾੜਾ ਥਾਣੇ ਦੇ SHO ਮਨਮੋਹਨ ਸਿੰਘ ਨੂੰ ਮੌਕੇ 'ਤੇ ਬੁਲਾ ਕੇ ਅਲੱਗ ਅਲੱਗ ਪੁਲਿਸ ਟੀਮਾਂ ਬਣਾ ਕੇ ਬੱਚੇ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਦੇਰ ਸ਼ਾਮ ਤੱਕ ਵਲਨੂਰ ਸਿੰਘ ਦਾ ਪਤਾ ਨਹੀਂ ਚੱਲਿਆ। ਪਰਿਵਾਰ ਉਸਦੀ ਸਲਾਮਤੀ ਨੂੰ ਲੈ ਕੇ ਚਿੰਤਾ ਵਿੱਚ ਹੈ। ਵਲਨੂਰ ਸਿੰਘ ਦੇ ਅਗਵਾ ਦੀ ਘਟਨਾ ਘਰ ਦੇ ਬਾਹਰ ਲੱਗੇ CCTV ਵਿੱਚ ਕੈਦ ਹੋ ਗਈ ਹੈ। ਦੋ ਨੌਜਵਾਨਾਂ ਦੇ ਗੇਟ ਖੋਲ੍ਹਣ 'ਤੇ ਉੱਥੇ ਖੇਡ ਰਿਹਾ ਵਲਨੂਰ ਸਿੰਘ ਉਹਨਾਂ ਦੇਖਣ ਗੇਟ ਕੋਲ ਪਹੁੰਚ ਗਿਆ। ਇਸ ਦੌਰਾਨ ਦੋਵੇਂ ਨੌਜਵਾਨ ਉਸ ਨਾਲ ਕੁਝ ਗੱਲਾਂ ਕਰਦੇ ਹਨ। ਉਸੇ ਦੌਰਾਨ ਅਚਾਨਕ ਇੱਕ ਪਗੜੀਧਾਰੀ ਨੌਜਵਾਨ ਉਸਨੂੰ ਫੜ ਕੇ ਲੈ ਆਉਂਦਾ ਹੈ ਅਤੇ ਫਿਰ ਦੋਵੇਂ ਨੌਜਵਾਨ ਉਸਨੂੰ ਘੜੀਸ ਕੇ ਬਾਹਰ ਲੈ ਜਾਂਦੇ ਨੇ। ਇਸ ਤੋਂ ਬਾਅਦ ਗਲੀ ਵਿੱਚ ਮੌਜੂਦ ਉਹਨਾਂ ਦੇ ਦੋ ਹੋਰ ਸਾਥੀ ਬੱਚੇ ਨੂੰ ਹੱਥਾਂ ਪੈਰਾਂ ਤੋਂ ਚੁੱਕ ਕੇ ਭੱਜਦੇ ਹੋਏ ਨਿਕਲ ਜਾਂਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਹੈ। ਇਸੇ ਤਰ੍ਹਾਂ ਦੀਆਂ ਕੁਝ ਨਵੀਆਂ ਖਬਰਾਂ ਸੁਣਨ ਦੇ ਲਈ ਵੇਖਦੇ ਰਹੋ ਸਾਡਾ TV USA। ਤਦ ਤੱਕ ਲਈ ਇਜਾਜ਼ਤ ਦਿਓ। ਧੰਨਵਾਦ।